ਅੱਜ ਵੀ 20 ਸਾਲਾਂ ਬਾਅਦ ਮਿਲ ਰਹੇ ਆ ਬਸ ਕਰੋ ਭਾਜੀ। ਦੋਸਤੋ ਸਰੀ 'ਚ ਘੁੰਮ ਰਹੇ ਹਾਂ ਜਾਂ ਵੈਨਕੂਵਰ 'ਚ ਘੁੰਮ ਰਹੇ ਹਾਂ ਜਾਂ ਬੀ ਸੀ 'ਚ ਘੁੰਮ ਰਹੇ ਹਾਂ, ਤਾਂ ਬੀ ਸੀ ਤੋਂ ਬਾਅਦ ਵੀ ਜੇ ਗੱਲ ਕਰੀਏ ਵੀ ਜੇ ਨੌਰਥ ਅਮੈਰੀਕਾ 'ਚ ਘੁੰਮ ਰਹੇ ਹਾਂ, ਤਾਂ ਉਸ ਸਾਰੇ ਦੌਰੇ ਦੌਰਾਨ ਅਸੀਂ ਬਾਰਿਸ ਬ੍ਰਦਰ ਨੂੰ ਨਾ ਮਿਲੀਏ ਤਾਂ ਮੈਨੂੰ ਨਹੀਂ ਲੱਗਦਾ ਦੌਰਾ ਕੰਪਲੀਟ ਹੋ ਸਕਦਾ ਸੀਗਾ। ਸੋ ਕੁਝ ਇੱਕ ਚੀਜ਼ਾਂ ਜਿਹੜੀਆਂ ਇੱਕ ਦੂਜੇ ਨਾਲ ਇੰਨੀਆਂ ਕੁ ਜੁੜ ਜਾਂਦੀਆਂ, ਇੱਕ ਦੂਜੇ ਨਾਲ ਇੰਨਾ ਕੁ ਉਹਨਾਂ ਦਾ ਰਿਸ਼ਤਾ ਬਣ ਜਾਂਦਾ, ਤਾਂ ਜਦੋਂ ਵੀ ਸਾਡੇ ਕੋਲ ਬੀ ਸੀ ਦੀ ਗੱਲ ਆਉਂਦੀ ਹੈ ਜਾਂ ਨੌਰਥ ਅਮੈਰੀਕਾ ਦੀ ਜਾਂ ਇਸ ਪਾਸੇ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਜ਼ਿਕਰ ਆਉਣਾ ਲਾਜ਼ਮੀ ਹੋ ਜਾਂਦਾ। ਸੋ ਸਾਡੇ ਸੁਭਾਗ ਹੈ ਜੀ, ਅਸੀਂ ਇਸ ਟਾਈਮ ਉਹਨਾਂ ਕੋਲ ਬੈਠੇ ਹਾਂ, ਉਹਨਾਂ ਕੋਲ ਉਹਨਾਂ ਨੇ ਸਾਡੇ ਲਈ ਬੜਾ ਵਧੀਆ ਜਿਹੜਾ ਵਕਤ ਕੱਢਿਆ, ਅਤੇ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਪਹਿਲੇ ਦਿਨ ਤੋਂ ਵੀ ਇਕੱਲਾ ਕੁਛ ਨਹੀਂ ਦੇਖੂੰਗਾ, ਜਦੋਂ ਵੀ ਅਸੀਂ ਕਿਤੇ ਜਾਵਾਂਗੇ ਜੋ ਵੀ ਗੱਲ ਕਰਾਂਗੇ ਇਕੱਲਾ ਨਹੀਂ ਕਰੂੰਗਾ, ਇਹ ਪਹਿਲੇ ਦਿਨ ਤੋਂ ਬਚਪਨ ਤੋਂ ਸਿਖਾਇਆ ਗਿਆ। ਸੋ ਵੰਡ ਕੇ ਖਾਵਾਂਗੇ ਅਤੇ ਵੰਡ ਕੇ ਦੇਖਾਂਗੇ। ਸੋ ਜਿਹੜੀ ਗੱਲਬਾਤ ਕਰ ਰਹੇ ਹਾਂ ਉਹ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਾਂ। ਸੋ ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਕਮਲ ਭਾਅ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਂਟੂ ਬਰਾੜ ਜੀ, ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜੀ ਕਮਲ ਵੀ ਕਿ ਤੁਸੀਂ ਅਮਨਦੀਪ ਸਿੰਘ ਤੁਸੀਂ ਰਲ ਕੇ ਜਿਹੜਾ ਇਹ ਗੇੜਾ ਸਾਡੇ ਦੇਸ਼ਾਂ ਦਾ ਵੀ ਕੱਢਿਆ ਸੀ, ਤਾਂ ਤੁਹਾਡੇ ਕੰਟਰੀ ਵਿੱਚ ਆਉਂਦੇ ਜਾਂਦੇ ਰਹਿੰਦੇ ਹਾਂ, ਅਤੇ ਕਿੱਥੇ ਜਿਹੜਾ ਵੱਡਾ ਪੰਜਾਬ ਵਸਿਆ ਹੋਇਆ ਖਾਸ ਕਰਕੇ ਸਰੀ ਦੇ ਵਿੱਚ ਟੋਰਾਂਟੋ ਵਿੱਚ ਤੁਸੀਂ ਉਹਦੇ ਦਰਸ਼ਨ ਕਰਨ ਲਈ ਆਏ ਹਾਂ, ਅਤੇ ਪਹਿਲਾਂ ਤਾਂ ਅਸੀਂ ਕਿਉਂਕਿ ਇੱਥੇ ਰਹਿੰਦੇ ਹਾਂ ਸਾਡੇ ਵੱਲੋਂ ਤੁਹਾਨੂੰ ਜੀ ਆਇਆਂ, ਅਤੇ ਉਹ ਤੋਂ ਬਾਅਦ ਤੁਹਾਡਾ ਧੰਨਵਾਦ ਕਿ ਇੰਨੇ ਕੀਮਤੀ ਵਕਤ 'ਚ ਜਿੱਥੇ ਤੁਸੀਂ ਇਕੱਲੀ ਇਕੱਲੀ ਗੱਲ ਆਪਣੇ ਜਿਹੜੇ ਸਰੋਤੇ ਆ ਤੁਹਾਡੇ ਦਰਸ਼ਕ ਅਸਲ ਦੇ ਵਿੱਚ ਉਹਨਾਂ ਲਈ ਇਕੱਠੀ ਕਰ ਰਹੇ ਹਾਂ, ਉਹਦੇ ਵਿੱਚ ਤੁਸੀਂ ਸਾਡੇ ਲਈ ਵੀ ਟਾਈਮ ਕੱਢਿਆ, ਜਦੋਂ ਧੰਨਵਾਦ। ਬਸ ਸਰ ਆਪਾਂ ਜਿੱਦਾਂ ਗੱਲਬਾਤ ਤੁਸੀਂ ਵੀ ਕੀਤੀ ਵੀ ਇੱਥੇ ਸਰੀ ਦੇ ਵਿੱਚ ਪੰਜਾਬੀ ਹੈ ਅਤੇ ਪੰਜਾਬੀ ਇਹ ਚੀਜ਼ਾਂ, ਅਸੀਂ ਅਸਲ 'ਚ ਸਾਡਾ ਮਕਸਦ ਟੂਰ ਦਾ ਨਾਂ ਰੱਖਿਆ ਜੀ ਅਸੀਂ ਲਰਨਿੰਗ ਟੂਰ, ਸਾਡਾ ਮਕਸਦ ਹੈ ਜੀ ਸਿੱਖਣਾ, ਕਿਉਂਕਿ ਆਸਟ੍ਰੇਲੀਆ ਦੇ ਨੂੰ ਜਦੋਂ ਵੀ ਤੁਸੀਂ ਦੇਖੋਗੇ ਕੈਨੇਡਾ ਦੇ ਛੋਟੇ ਭਰਾ ਦੇ ਤੌਰ 'ਤੇ ਦੇਖਿਆ ਜਾਂਦਾ, ਅਸੀਂ ਨਵੇਂ ਬੱਸ ਰਿਹਾ ਪੰਜਾਬ ਆ ਉੱਤੇ ਇੱਥੇ ਬੱਸ ਚੁੱਕਿਆ ਪੰਜਾਬ ਆ। ਸੋ ਇਸ ਮਕਸਦ ਨੂੰ ਲੈ ਕੇ ਅਸੀਂ ਆਏ ਹਾਂ, ਅਤੇ ਤੁਸੀਂ ਲੰਮੇ ਚਿਰ ਤੋਂ ਇੱਥੇ ਬੱਸ ਰਹੇ ਹੋ, ਕਾਫੀ ਜਿਹੜਾ ਦੇਰ ਹੋ ਗਈ ਆ, ਪਹਿਲਾਂ ਤਾਂ ਤੁਸੀਂ ਥੋੜ੍ਹਾ ਜਿਹਾ ਸਾਨੂੰ ਇਹ ਦੱਸੋ ਵੀ ਜਦੋਂ ਤੁਸੀਂ ਇੱਥੇ ਆਏ ਸੀ ਅਤੇ ਹੁਣ ਤੱਕ ਆਉਣ 'ਚ ਕਿੱਡੀ ਕੁ ਵੱਡੀ ਤਬਦੀਲੀ ਦੇਖੀ ਤੁਸੀਂ ਇੱਥੇ? ਨਹੀਂ, ਸਾਨੂੰ ਇੱਥੇ ਆਇਆ ਨੂੰ ਕਾਫੀ ਦੇਰ ਹੋ ਗਈ ਹੈ ਜੀ, 26 ਸਾਲ ਹੋ ਗਏ ਆ ਜੀ, ਜਿਹਨਾਂ ਦਿਨਾਂ 'ਚ ਤੁਸੀਂ ਅੱਜ ਸਾਨੂੰ ਮਿਲ ਰਹੇ ਹੋ ਇਹਨਾਂ ਦਿਨਾਂ 'ਚ ਅਸੀਂ ਆਏ ਸੀ 8 July 1990 ਨੂੰ ਜੀ, ਅਸੀਂ ਤਿੰਨੇ ਭਰਾ ਸਾਡੇ ਮਾਤਾ ਪਿਤਾ ਅਸੀਂ ਕੈਨੇਡਾ ਆਏ ਸੀਗੇ। ਸੋ ਤਬਦੀਲੀ ਤਾਂ ਪੂਰੀ ਦੁਨੀਆ 'ਚ ਹੋ ਰਹੀ ਆ, ਉਸੇ ਤਬਦੀਲੀ ਦੇ ਤਹਿਤ ਕੈਨੇਡਾ ਬਦਲ ਰਿਹਾ, ਅਤੇ ਜਿਹੜੀ ਅਸੀਂ ਤਬਦੀਲੀ ਦੀ ਜ਼ਿਕਰ ਕਰਾਂਗੇ ਉਹ ਜ਼ਿਕਰ ਕਰਾਂਗੇ ਪੰਜਾਬੀਆਂ ਦੀ ਤਬਦੀਲੀ। ਪੰਜਾਬੀ ਇੱਥੇ ਸੈਂਚਰੀ ਤੋਂ ਉੱਤੇ ਹੋ ਗਿਆ ਜੀ, ਸਦੀ ਤੋਂ ਉੱਤੇ ਰਹਿੰਦੇ ਹਨ, ਅਤੇ ਬਹੁਤ ਉਹਨਾਂ ਨੇ ਪਹਿਲਾਂ ਤੋਂ ਹੀ ਜਦੋਂ ਅਸੀਂ ਆਏ ਹਾਂ ਉਦੋਂ ਵੀ ਅਸੀਂ ਗੱਲਾਂ ਸੁਣਦੇ ਸੀ ਕਿ ਸਾਡੇ ਪੰਜਾਬੀਆਂ ਦੀਆਂ ਮਿੱਲਾਂ ਜਿਹੜੀਆਂ ਲੱਕੜੀ ਦੀਆਂ ਹੁੰਦੀਆਂ ਸੀ, ਪਹਿਲਾਂ ਉਸ ਬਿਜ਼ਨਸ ਵਿੱਚ ਸਾਡੇ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ, ਬਹੁਤ ਸਾਰਿਆਂ ਤੋਂ ਵੱਡੇ ਧਨੀ ਬੰਦੇ ਹੋ ਚੁੱਕੇ ਆ ਸਾਡੇ ਮਿੱਲਾਂ ਵਾਲੇ ਪਾਸੇ, ਅਤੇ ਉਹ ਤੋਂ ਬਾਅਦ ਸਾਡੇ ਦੇਖਦੇ ਦੇਖਦੇ ਜਿੱਥੇ ਹਰ ਬਿਜ਼ਨਸ ਦੇ ਵਿੱਚ ਪੰਜਾਬੀ ਸਾਡੇ ਛਾਏ ਆ, ਉਹਦੇ ਵਿੱਚ ਪੋਲੀਟੀਕਲ ਲੈਵਲ 'ਤੇ ਵੀ ਕੈਨੇਡਾ ਇੱਕ ਇਹੋ ਜਿਹਾ ਮੁਲਕ ਹੈ ਪੂਰੀ ਦੁਨੀਆ ਨਾਲੋਂ ਵੱਧ ਜਿੱਥੇ ਪੰਜਾਬੀਆਂ ਨੇ ਅੱਗੇ ਹੋ ਕੇ ਪੰਜਾਬ ਤੋਂ ਬਾਅਦ ਮੱਲਾਂ ਮਾਰੀਆਂ ਉਹ ਕੈਨੇਡਾ ਮੁਲਕ ਹੈ। ਸੋ ਇਸ ਵੇਲੇ ਜਿਹੜੀ ਸਾਡੀ ਪਛਾਣ ਹੈ ਪੰਜਾਬੀਆਂ ਦੀ ਉਹ ਇੱਥੇ ਦੱਸਣੀ ਨਹੀਂ ਪੈਂਦੀ, ਇਹ ਮੈਂ ਸਭ ਤੋਂ ਵੱਡੀ ਤੁਹਾਨੂੰ ਦੱਸਾਂਗਾ ਕਿ ਇੱਥੇ ਜਿਹੜੀ ਪੰਜਾਬੀ ਲੋਕਾਂ ਨੂੰ ਇੱਕ ਵੱਖਰੀ ਪਛਾਣ ਮਿਲੀ ਆ, ਵੱਖਰਾ ਸਤਿਕਾਰ ਮਿਲਿਆ, ਅਤੇ ਉਹਨਾਂ ਨੂੰ ਜਾਣਿਆ ਪਹਿਚਾਣਿਆ ਅਤੇ ਸਤਿਕਾਰਿਆ ਜਾਂਦਾ, ਅਤੇ ਪੰਜਾਬੀ ਜ਼ੁਬਾਨ ਜਿਹੜੀ ਆ ਉਹਨੂੰ ਵੀ ਸਤਿਕਾਰ ਮਿਲਦਾ। ਇੱਥੇ ਤੁਸੀਂ ਦੇਖੋਗੇ ਜਦੋਂ ਤੁਸੀਂ ਏਅਰਪੋਰਟ 'ਤੇ ਉਤਰੇ ਹਾਂ, ਜੇ ਉੱਥੇ ਪਹਿਲਾਂ ਇੰਗਲਿਸ਼ 'ਚ, ਦੂਜੇ ਨੰਬਰ 'ਤੇ ਫਰੈਂਚ 'ਚ, ਅਤੇ ਤੀਜੇ ਨੰਬਰ 'ਤੇ ਚਾਈਨੀਜ਼ 'ਚ ਲਿਖਿਆ ਮੈਂਡਰਿਨ 'ਚ, ਅਤੇ ਉਹ ਤੋਂ ਬਾਅਦ ਤੁਹਾਨੂੰ ਪੰਜਾਬੀ ਵਿੱਚ ਜੀ ਆਇਆਂ ਲਿਖਿਆ ਆ। ਸੋ ਬਹੁਤ ਵਧੀਆ ਲੱਗਦਾ ਜੀ, ਅਤੇ ਮੈਂ ਇਹ ਕਹਿ ਰਿਹਾ ਜੀ 26 ਸਾਲ ਪਹਿਲਾਂ ਜਦੋਂ ਤੁਸੀਂ ਆਏ ਅਤੇ ਉਦੋਂ ਤੁਸੀਂ ਇੱਥੋਂ ਦੇ ਮੇਲਿਆਂ 'ਚ ਸ਼ੁਰੂ ਹੋਏ, ਇਨਵੋਲਵਮੈਂਟ ਸ਼ੁਰੂ ਹੋਈ, ਤੁਸੀਂ ਇੱਥੇ ਗਾਉਣਾ ਵੀ ਸ਼ੁਰੂ ਕੀਤਾ ਲੋਕਲ ਪੱਧਰ ਦੇ 'ਤੇ, ਅਤੇ ਹੁਣ ਤੱਕ ਆਉਂਦੇ ਆਉਂਦੇ ਦੋ ਚੀਜ਼ਾਂ ਦਾ ਫਰਕ ਹੋ ਸਕਦਾ, ਇੱਕ ਤਾਂ ਜੇ ਆਡੀਅੰਸ ਦੀ ਗੱਲ ਕਰੀਏ ਤਾਂ ਓਬਵੀਅਸਲੀ ਵਧਣੇ ਹੀ ਇੰਨੇ ਚਿਰ 'ਚ, ਬਹੁਤ ਲੋਕ ਆਏ ਅਤੇ ਬਹੁਤ ਵੱਧ ਗਿਆ, ਦੂਜੇ ਪਾਸੇ ਟੇਸਟ ਦਾ ਵੀ ਫਰਕ ਪਿਆ। ਟੇਸਟ ਹੁਣ ਜਿਹੜਾ ਤੁਹਾਡੀ ਸ਼ੈਲੀ ਆ, ਤੁਸੀਂ ਲੰਮੀ ਪਾਰੀ ਖੇਡੀ ਆ ਅਤੇ ਅਜੇ ਖੇਡ ਰਹੇ ਹੋ, ਤੁਹਾਡੀ ਪਾਰੀ ਆ ਰਹੀ ਆ, ਪਰ ਟੇਸਟ ਜਿਹੜਾ ਇਸ ਦੌਰਾਨ ਮਿਊਜ਼ਿਕ 'ਚ ਬਹੁਤ ਬਦਲਿਆ,
ਰੈਪ ਤੇ ਕੁਛ ਪਤਾ ਨਹੀਂ ਕੀ ਕੁਛ ਮੈਂ ਤਾਂ ਨਾਮ ਨਹੀਂ ਜਾਣਦਾ ਸੋ ਉਹਨੂੰ ਕਿਵੇਂ ਮੈਨੇਜ ਕੀਤਾ ਹੋਇਆ ਤੁਸੀਂ ਉਹਨੂੰ ਤਾਂ ਉਹਨੂੰ ਇਕੱਲਾ ਕੈਨੇਡਾ 'ਚ ਨਹੀਂ ਮੈਨੇਜ ਕਰਨਾ ਜੀ ਜਿਹੜੀ ਸਾਡੇ ਇਹ ਤਾਂ ਚਲੋ ਮੈਂ ਇੱਥੇ ਰਹਿੰਦਾ ਕਰਕੇ ਮੈਂ ਕੈਨੇਡਾ ਦੀ ਗੱਲ ਕਰਤੀ ਜੇ ਅਸੀਂ ਤੁਸੀਂ ਪਰਸਨਲੀ ਸਾਡੀ ਗਾਇਕੀ 'ਤੇ ਆ ਜਾਂਦੇ ਹਾਂ ਫਿਰ ਸਾਡਾ ਜਿਹੜਾ ਪੰਜਾਬ ਆ ਉਹ ਪੂਰੀ ਦੁਨੀਆ 'ਚ ਵਸਿਆ ਹੋਇਆ ਜਿਹੜੀ ਸਾਡੀ ਗਾਇਕੀ ਦਾ ਪੰਜਾਬ ਆ ਅਤੇ ਤੁਸੀਂ ਇਸ ਗੱਲ ਦੇ ਗਵਾਹ ਆ ਅਤੇ ਸਰੋਤਿਆਂ ਦਰਸ਼ਕਾਂ ਨਾਲ ਵੀ ਸਾਂਝ ਇਸ ਗੱਲ ਦੀ ਪਾਉਂਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਅਸੀਂ ਇਸ ਗੱਲ ਨੂੰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਭ ਤੋਂ ਵੱਡੀ ਗੈਦਰਿੰਗ ਸਭ ਤੋਂ ਵੱਡੇ ਸ਼ੋਅ ਜਿਹੜੇ ਆ ਮੈਲਬਰਨ ਦੇ ਕਨਵੈਨਸ਼ਨ ਸੈਂਟਰ ਵਰਗੇ ਭਰ ਦਿੱਤੇ ਆ ਉਹ ਸਾਡੇ ਹਿੱਸੇ ਆਏ ਆ ਅਤੇ ਮੈਂ ਇਹ ਗੱਲ 2011 ਦੇ ਪੰਜਾਬੀ ਵਿਰਸਾ 'ਚ ਕਹੀ ਸੀਗੀ ਕਿ ਇੱਥੇ ਨਵਾਂ ਪੰਜਾਬ ਤਾਂ ਵਸਿਆ ਆਸਟ੍ਰੇਲੀਆ ਵਿੱਚ ਅਤੇ ਸਾਡੇ ਕੈਨੇਡਾ ਅਮੈਰੀਕਾ ਦੇ ਪੰਜਾਬ ਨਾਲੋਂ ਅਤੇ ਦੂਜੇ ਇੰਗਲੈਂਡ ਦੇ ਪੰਜਾਬ ਨਾਲੋਂ ਆਸਟ੍ਰੇਲੀਆ ਦੇ ਪੰਜਾਬ ਦਾ ਇਹ ਫਰਕ ਹੈ ਕਿ ਜਵਾਨ ਆ ਪੰਜਾਬ ਸੋ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਉੱਥੇ ਜਿਹੜੀ ਯੰਗ ਜਨਰੇਸ਼ਨ ਗਈ ਹੈ ਜੇ ਆਸਟ੍ਰੇਲੀਆ ਦੇ ਵਿੱਚ ਯੰਗ ਜਨਰੇਸ਼ਨ ਮੇਰੇ ਕਮਲ ਹੀਰ ਦੇ ਸੰਗਤਾਰ ਦੇ ਗੀਤਾਂ ਨੂੰ ਇੰਨਾ ਪਸੰਦ ਕਰਦੀ ਹੈ ਕਿ ਸਭ ਤੋਂ ਵੱਡੇ ਸ਼ੋਅ ਸਾਡੇ ਹਿੱਸੇ ਆਏ ਆ ਤਾਂ ਉਹੀ ਯੰਗ ਜਨਰੇਸ਼ਨ ਇੱਥੇ ਆ ਅਤੇ ਇਹ ਅਸੀਂ ਗੱਲ ਕਹੀ ਦੀ ਆ ਕਿ ਜਿਹੜਾ ਅੱਜ ਤੋਂ 20 ਸਾਲ 22 ਸਾਲ ਪਹਿਲਾਂ ਜੁੜਿਆ ਸੀ ਉਹ ਕਦੇ ਟੁੱਟਣ ਨਹੀਂ ਦਿੱਤਾ ਅੱਜ ਤੱਕ ਨਾਲੋਂ ਅਤੇ ਜਿਹੜੇ ਨਵੇਂ ਆ ਉਹਨਾਂ ਨੂੰ ਜੋੜਿਆ ਇਹਦੇ ਵਿੱਚ ਹੈ ਤਾਂ ਪਰਮਾਤਮਾ ਦੀ ਕਿਰਪਾ ਬੰਦਾ ਆਪਣੇ ਵੱਲੋਂ ਤਾਂ ਕੁਛ ਨਹੀਂ ਕਹਿ ਸਕਦਾ ਪਰ ਇਹ ਮੇਰੀ ਕਮਲ ਹੀਰ ਦੀ ਗਾਇਕੀ ਸੰਗਤਾਰ ਦੀ ਮਿਹਨਤ ਜਿਹੜੀ ਆ ਉਹਦਾ ਇਹ ਸਾਨੂੰ ਫਲ ਮਿਲਿਆ ਕਿ ਜਿਹੜੀ ਨਵੀਂ ਜਨਰੇਸ਼ਨ ਦਾ ਜੋ ਕੁਛ ਅਸੀਂ ਗਾਉਂਦੇ ਹਾਂ ਉਹ ਵੀ ਸਾਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਆ ਸੋ ਇੱਥੇ ਵੀ ਅਸੀਂ ਜਿਹੜੇ ਸ਼ੋਅ ਸਾਡੇ ਆ ਨੌਰਥ ਅਮੈਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਉਹ ਬਹੁਤ ਜ਼ਿਆਦਾ ਸਕਸੈਸਫੁੱਲ ਹਮੇਸ਼ਾ ਹੀ ਰਹਿੰਦੇ ਆ ਹਮੇਸ਼ਾ ਹੀ ਰਹੇ ਆ ਪਿਛਲੇ ਸਾਲ ਅਸੀਂ ਇੱਥੇ ਰਿਕਾਰਡ ਕੀਤਾ ਸੀ ਉਹ ਚੀਨਾ ਜੱਟ ਦਾ ਬਨੇਰੇ 'ਤੇ ਗੁੱਟਗੁੱਟ ਕਰਦਾ ਜਿਹੜਾ ਗੀਤ ਸੀ ਅਤੇ ਹੁਣ ਵੀ ਸਾਡੇ 27 ਅਗਸਤ ਨੂੰ ਵੈਨਕੂਵਰ ਹੋ ਰਿਹਾ ਅਤੇ 17 ਸਤੰਬਰ ਨੂੰ ਟੋਰਾਂਟੋ ਬਾਕੀ 10 ਸ਼ੋਅ ਆਲ ਓਵਰ ਕੈਨੇਡਾ ਹੋ ਰਹੇ ਆ ਦੁਨੀਆ ਸਾਡੇ ਆਉਣ ਤੋਂ ਬਾਅਦ 26 ਸਾਲਾਂ 'ਚ ਬਹੁਤ ਜ਼ਿਆਦਾ ਵੱਧ ਗਈ ਆ ਪਰ ਉਹਦੇ ਨਾਲ ਇੱਕ ਹੋਰ ਹੈ ਕਿ ਪੰਜਾਬੀ ਕਲਾਕਾਰ ਵੀ ਬਹੁਤ ਵੱਧ ਗਏ ਜਦੋਂ ਮੈਂ ਸ਼ੁਰੂ ਕੀਤਾ 1994 'ਚ ਉਦੋਂ ਕਮਲ ਹੀਰ ਤਾਂ ਨਹੀਂ ਸਟੇਜ 'ਤੇ ਨਾਲ ਗਾਉਂਦੇ ਸੀਗੇ ਉਸ ਵੇਲੇ ਇੱਥੇ ਮੇਰਾ ਖਿਆਲ ਸਾਰੇ ਸਾਲ ਵਿੱਚ 5 ਜਾਂ 7 ਸ਼ੋਅ ਹੁੰਦੇ ਹੋਣਗੇ ਅਤੇ ਆਰਟਿਸਟ 20 ਜਾਂ 25 ਸੀਗੇ ਪੰਜਾਬ ਦੇ ਅਤੇ ਹੁਣ ਇਸ ਵੇਲੇ ਤੁਸੀਂ ਦੇਖਦੇ ਹਾਂ ਕਿ ਹਰੇਕ ਵੀਕਐਂਡ 'ਤੇ ਫ੍ਰੀ ਮੇਲੇ ਹੋ ਰਹੇ ਆ 2-2 ਸ਼ੋਅ ਹੋ ਰਹੇ ਆ ਹੁਣ ਜੇ 40 ਸ਼ੋਅ 50 ਸ਼ੋਅ ਹੋਣਗੇ ਪੂਰੇ ਸਾਲ ਵਿੱਚ ਤਾਂ ਆਰਟਿਸਟ ਵੀ ਪੰਜਾਬ ਤੋਂ 1500 ਆਉਣਾ ਆ ਬਹੁਤ ਆਰਟਿਸਟ ਬਹੁਤ ਜ਼ਿਆਦਾ ਹੋ ਗਏ ਅਤੇ ਜਨਤਾ ਵੀ ਬਹੁਤ ਵੱਧ ਗਈ ਆ ਸੋ ਜਿਹੜਾ ਸ਼ੋਆਂ ਦਾ ਮਿਆਰ ਆ ਜਾਂ ਸ਼ੋਆਂ ਦੀ ਗਿਣਤੀ ਆਡੀਅੰਸ ਦੀ ਉਹ ਉੱਨੀ ਕੁ ਚੱਲ ਰਹੀ ਆ ਜਿੰਨੀ ਅੱਜ ਤੋਂ 40 ਸਾਲ 30 ਸਾਲ 25 ਸਾਲ ਪਹਿਲਾਂ ਸੀ ਸ਼ੋਆਂ ਦੀ ਗਿਣਤੀ ਵੱਧ ਗਈ ਵੰਡ ਪੈ ਗਈ ਹੈ ਸੋ ਕਮਲ ਭਾਜੀ ਤੁਸੀਂ ਦੇਖੋ ਇੰਨੇ ਚਿਰ ਤੋਂ ਇੱਥੇ ਵੱਸ ਰਹੇ ਹੋ ਕੀ ਜਦੋਂ ਤੁਹਾਨੂੰ ਪਬਲਿਕਲੀ ਲਾਈਫ ਜਿਉਣੇ ਹੋ ਜਦੋਂ ਕਿਉਂਕਿ ਮੈਂ ਇੱਕ ਚੀਜ਼ ਨੋਟ ਕਰੀ ਆ ਵੀ ਜਦੋਂ ਇੱਥੋਂ ਘਰੋਂ ਬਾਹਰ ਨਿਕਲਦੇ ਆ ਮੈਂ ਸੜਕ 'ਤੇ ਦੇਖਦਾ 4 ਸਵੇਰੇ ਬਾਬੇ ਆਪਣੇ ਪੰਜਾਬੀ 4 ਸਵੇਰੇ ਪੰਜਾਬੀ ਹੀ ਦਿਸਦੇ ਆ ਖਾਸ ਕਰਕੇ ਸਰੀ ਤਾਂ ਮੈਂ ਕੱਲ੍ਹ ਆਪ ਬੋਲਿਆ ਵੀ ਗੋਰਾ ਜਾਂਦਾ ਗੋਰਾ ਭੱਜ ਕੇ ਬੋਲਿਆ ਨਹੀਂ ਇਹ ਤਾਂ ਸ਼ੁਗਲ ਵੀ ਇੱਕ ਦਿਨ ਹੋ ਗਿਆ ਸਾਡੇ ਇੱਕ ਦਿਨ ਬਜ਼ੁਰਗ ਇੱਥੇ ਆਏ ਤੇ ਗੱਲਾਂ ਬਾਤਾਂ ਕਰਨ ਲੱਗ ਪਏ ਮੇਰੇ ਨਾਲ ਇੱਥੇ ਮੋੜ ਤੇ ਖੜੇ ਤੇ ਕਹਿੰਦੇ ਤੁਸੀਂ ਤਾਂ ਇੱਥੇ ਚੀਨਿਆਂ ਦੇ ਸ਼ਹਿਰ 'ਚ ਰਹਿੰਦੇ ਆ ਕਹਿੰਦੇ ਪੰਜਾਬੀ ਤਾਂ ਇੱਕ ਹੋਵੇ ਸਾਨੂੰ ਦੂਰੋਂ ਸੜਕ 'ਤੇ ਦਿਸ ਜਾਂਦੇ ਆ ਮੈਂ ਇੱਥੇ ਸਾਰੀ ਪਾਰਕ 'ਚ ਘੁੰਮਿਆ ਆ ਇਹ ਪਤਾ ਨਹੀਂ ਕਿਹੜੀਆਂ ਖੁੱਡਾਂ 'ਚ ਬੜੇ ਰਹਿੰਦੇ ਆ ਇਹ ਦਿਸਦੇ ਨੇ ਹੁਣ ਪੰਜਾਬੀ ਤਾਂ ਇਸ ਕਦਰ ਸਾਡੀ ਪਛਾਣ ਆ ਅਤੇ ਇਸ ਕਦਰ ਪੰਜਾਬੀਆਂ ਦੀ ਗਿਣਤੀ ਆ ਮਾਇਨੋਰਟੀ ਤੋਂ ਹੁਣ ਅਸੀਂ ਮੈਜੋਰਟੀ ਵੱਲ ਨੂੰ ਜਾਂਦੇ ਹਾਂ ਅਤੇ ਜੇ ਤੁਸੀਂ ਘਰੋਂ ਨਿਕਲੇ ਆ ਕੋਈ ਵੀ ਕੰਮ ਆ ਤੁਹਾਨੂੰ ਜਾਣੀ ਕਿ TV ਠੀਕ ਕਰਨ ਤੋਂ ਬਾਅਦ ਫੋਨ ਤੁਹਾਡਾ ਖਰਾਬ ਹੋ ਗਿਆ ਤੁਹਾਡਾ ਦੰਦ ਦੁਖਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੰਗਰੇਜ਼ੀ ਬੋਲਣ ਦੀ ਲੋੜ ਨਹੀਂ ਹਰੇਕ ਚੀਜ਼ ਪੰਜਾਬੀ 'ਚ ਅਵੇਲੇਬਲ ਆ ਏਅਰਪੋਰਟ ਤੋਂ ਲੈ ਕੇ ਸੋ ਇਹ ਵੱਡੀ ਗੱਲ ਆ ਦੇਖੋ ਜਿਹੜੇ ਸਿੰਗਰ ਦੇ ਮਾਮਲੇ 'ਚ ਜਾਂ ਕਿਸੇ ਵੀ ਲਾਈਮਲਾਈਟ ਦੇ ਬੰਦੇ ਦੀ ਗੱਲ ਕਰੀਏ ਤਾਂ ਉਹਦੇ ਫੋਲੋਅਰ ਹੁੰਦੇ ਆ ਅਤੇ ਫੋਲੋਅਰਸ ਆ ਜਿਹੜੇ ਉਹ ਆਪਾਂ ਤਾਂ ਹੀ ਕਹਿੰਦੇ ਹਾਂ ਫੈਨ ਜਾਂ ਫੋਲੋਅਰਸ ਉਹਨੂੰ ਫੋਲੋ ਕਰਦੇ ਆ ਉਹਦੇ ਮੁਤਾਬਕ ਬਣਨ ਦੀ ਕੋਸ਼ਿਸ਼ ਕਰਦੇ ਉਹਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਖਾਸ ਕਰਕੇ ਯੂਥ ਮੈਂ ਉਸ ਲਈ ਤੁਹਾਨੂੰ ਇਹ ਪੁੱਛ ਰਿਹਾ ਵੀ ਜੇ ਹੁਣ ਪੈਨਲ ਦੇ ਵਿੱਚ ਮੈਂ ਦੇਖਿਆ ਜਿਹੜੇ ਨਵੇਂ ਯੂਥ ਆਇਆ ਉਹ ਆਇਆ ਨਹੀਂ ਜੋ ਇੱਥੇ ਦਾ ਬੋਰਨ ਆ ਕਹਿ ਸਕਦੇ ਹਾਂ ਉਹਨਾਂ ਦੀ ਭਾਸ਼ਾ ਥੋੜ੍ਹੀ ਜਿਹੀ ਪੰਜਾਬੀ ਡਿਫਰੈਂਟ ਹੁੰਦੀ ਜਾਂਦੀ ਆ ਜਾਂ ਮੈਂ ਇੱਕ ਦੋ ਨੂੰ ਸਵਾਲ ਕਰਿਆ ਕੱਲ੍ਹ ਕਰਿਆ ਤਾਂ ਉਹ ਕਹਿੰਦੇ ਵੀ ਮੈਨੂੰ ਉਹਨਾਂ ਨੇ ਬੋਲ ਬਹੁਤ ਠੇਠ ਲੱਭ ਰਿਹਾ ਸੀ ਕਹਿੰਦਾ ਤੇਰੇ ਸੂਤ ਆ ਜਾਊਗਾ ਉੱਥੋਂ ਜੇ ਖਰੀਦ ਲਏਗਾ ਤਾਂ ਪਰ ਉਹਨੂੰ ਜਦੋਂ ਮੈਂ ਪੁੱਛਿਆ ਤੇਰਾ ਪਿੰਡ ਕਿਹੜਾ ਉਹ ਤਾਂ ਮੇਰੇ ਪਤਾ ਨਹੀਂ ਡੈਡ ਨੂੰ ਪੁੱਛ ਕੇ ਦੱਸੂਗਾ ਕਹਿੰਦਾ ਤਾਂ ਮੈਨੂੰ ਇਹ ਜੀ ਗੱਲ ਲੱਗੀ ਪਰ ਮੈਂ ਇਹ ਤੁਹਾਡੇ ਤੋਂ ਹੀ ਕਹਿਣਾ ਚਾਹੁੰਦਾ ਜਾਂ ਤੁਹਾਡੇ ਤੋਂ ਸਾਨੂੰ ਇਹ ਆਸ ਆ ਵੀ ਤੁਸੀਂ ਵਿਰਸੇ ਦੇ ਰੂਪ 'ਚ ਇੱਕ ਬਹੁਤ ਕਾਮਯਾਬ ਕੰਮ ਕਰ ਰਹੇ ਹੋ ਅਤੇ ਇਕੱਲੇ ਗਾਉਣ 'ਚ ਨਹੀਂ ਮੈਂ ਚਾਹੂੰਗਾ ਵੀ ਵਿਰਸੇ ਦੇ ਰੂਪ 'ਚ ਜੇ ਤੁਸੀਂ ਯੂਥ ਆ ਜੇ ਇੱਕ ਅੱਜ ਸਿੰਗਰ ਜਾਂ ਅੱਜ ਇੱਕ ਲਾਈਨ ਲਾਈਟ ਵਾਲਾ ਬੰਦਾ ਇੱਕ ਚੀਕ ਮਾਰਦਾ ਤਾਂ ਉਹਦੇ ਮਗਰ ਉਹ ਚੀਕ ਮਾਰਦੇ ਆ ਜੇ ਉਹ ਕੁਛ ਵੀ ਕਹੂਗਾ ਤਾਂ ਉਹਨੂੰ ਫੋਲੋ ਕਰਦੇ ਆ ਤਾਂ ਤੁਸੀਂ ਇਹੋ ਜਿਹੀ ਕੋਈ ਕੀ ਪਿਰਤ ਪਾਉਣੀ ਚਾਹੋਗੇ ਇੱਥੇ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਇੱਥੋਂ ਦਾ ਯੂਥ ਆ ਜਾਂ ਹੋਰ ਆ
ਉਹ ਪੰਜਾਬੀਅਤ ਨਾਲ ਹੋਰ ਇਹਨੇ ਇੱਕ ਵਿਰਸੇ ਨਾਲ ਗੂੜਾ ਹੋਵੇ। ਸਾਡੇ ਗੀਤ ਹੀ ਸਾਡੀ ਪਛਾਣ ਆ, ਸਾਡੇ ਗੀਤ ਹੀ ਸਾਡੀ ਸਟਰੈਂਥ ਆ, ਸਾਡੇ ਗੀਤ ਹੀ ਸਾਡੀ ਨਸੀਹਤ ਆ, ਸਾਡੇ ਗੀਤ ਹੀ ਸਾਡੇ ਸਾਡਾ ਸੰਦੇਸ਼ ਆ। ਅਸੀਂ ਕੋਈ ਜਾ ਕੇ ਫਿਜ਼ੀਕਲੀ ਅਗਲੇ ਦੇ ਘਰ 'ਚ ਨਹੀਂ ਸਿਖਾਉਣਾ ਜਾਂ ਉਹਦੀ ਬਾਂਹ ਫੜ ਕੇ ਰਿਸਟੇਨ ਕਰਕੇ ਨਹੀਂ ਅਗਲੇ ਨੂੰ ਸਿਖਾਉਣਾ। ਜਿਹੜੇ ਸਾਡੇ ਗੀਤ ਆ ਉਹੀ ਸੰਦੇਸ਼ ਆ, ਜਿਹੜੇ ਸਾਡੇ ਫੋਲੋਅਰ ਆ, ਜਿਹੜੇ ਜਿੱਦਾਂ ਤੁਸੀਂ ਕਿਹਾ ਸੀ ਉਹਨਾਂ ਨੂੰ ਹੀਰੋਜ਼ ਕਹਿੰਦੇ ਆ, ਹੀਰ ਤੋਂ ਸਾਡਾ ਲਾਸਟ ਨੇਮ ਤਿੰਨਾਂ ਦਾ ਹੀਰ ਆ ਗੋਤ, ਅਸੀਂ ਉਹ ਤੋਂ ਹੀਰੋਜ਼ ਬਣਾਇਆ। ਤੇ ਜਿਹੜੇ ਸਾਡੇ ਫੋਲੋਅਰ ਆ ਉਹ ਜਦੋਂ ਸਾਡੇ ਗੀਤ ਨੂੰ ਸੁਣਦੇ ਆ, ਚਾਹੇ ਇੱਥੇ ਦਾ ਬੱਚਾ ਜੰਮਿਆ ਅਮਰ ਹੁਣ ਮਰਮੋਹਨ ਦਾ ਬੇਟਾ ਇੱਥੇ ਦਾ ਜੰਮਿਆ, ਉਹਨੂੰ ਪੰਜਾਬੀ ਦਾ ਕੋਈ ਲਫ਼ਜ਼ ਪੁੱਛ ਲਿਓ, ਮੇਰੀ ਵਾਈਫ ਆ ਉਹਦਾ ਜਨਮ ਇੱਥੇ ਕੈਨੇਡਾ ਦਾ ਹੈ, ਜਦੋਂ ਤੁਸੀਂ ਕਿਸੇ ਜ਼ਬਾਨ ਨੂੰ ਪਿਆਰ ਕਰਦੇ ਆ ਤਾਂ ਤੁਸੀਂ ਉਹਦੀ ਤਹਿ 'ਚ ਉੱਤਰ ਜਾਂਦੇ ਆ। ਮੈਂ ਇੰਡੀਆ 'ਚ ਜੰਮ ਕੇ ਆਇਆ, ਮੈਂ ਇੰਗਲਿਸ਼ ਨੂੰ ਵੀ ਪੰਜਾਬੀ ਵਾਂਗ ਪਿਆਰ ਕਰਦਾ, ਮੈਂ ਉਹਦਾ ਲਿਟਰੇਚਰ ਪੜ੍ਹਿਆ, ਮੈਨੂੰ ਉਹਦੇ ਵੀ ਲਫ਼ਜ਼ ਆ ਗਏ। ਸੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਿਆਰ ਕਰਦੇ ਆ ਬਈ ਡਜ਼ਨਟ ਮੈਟਰ ਵੇਅਰ ਯੂ ਵਰ ਬੋਰਨ, ਤਾਂ ਉਹ ਜ਼ਬਾਨ ਆ ਜਿਹੜੀ ਉਹ ਤੁਹਾਨੂੰ ਪੂਰੀ ਤਰ੍ਹਾਂ ਆ ਜਾਂਦੀ, ਉਹਦੇ 'ਚ ਐਕਸਪ੍ਰੈਸ਼ਨ ਦੱਸਣਾ ਆਪਣਾ ਬਿਆਨ ਕਰਨ ਆ ਜਾਂਦਾ। ਸੋ ਜਿਹੜੇ ਫੋਲੋਅਰ ਜਿਹੜੇ ਜਿੱਦਾਂ ਤੁਸੀਂ ਕਿਹਾ ਬਹੁਤ ਵਧੀਆ ਤੁਸੀਂ ਲਫ਼ਜ਼ ਕਿਹਾ, ਸਾਨੂੰ ਚਾਹੁਣ ਵਾਲੇ ਸਾਡੇ ਗੀਤ ਸੁਣਦੇ ਆ, ਤੇ ਪਹਿਲੀ ਗੱਲ ਤਾਂ ਅਸੀਂ ਇਹਨਾਂ ਨੂੰ ਸੌਖੇ ਨਹੀਂ ਕੀਤਾ। ਲਿਟਰੇਚਰ ਆ ਜਿਹੜਾ ਉਹ ਲਫ਼ਜ਼ ਪਏ ਤੂੰ ਯਾਰ ਇੱਥੇ ਗੱਬੇ ਦੀ ਬਜਾਏ ਯਾਰ ਤੂੰ ਵਿਚਾਰੇ ਕਰਦੇ, ਹੁਣ ਜੇ ਗੱਬੇ ਲਿਖਿਆ ਤਾਂ ਗੱਬੇ ਹੀ ਆਊਗਾ, ਉਹ ਆਪੇ ਜਿਹੜੇ ਆਪੇ ਹੀ ਬੱਚਾ ਪੁੱਛਦਾ ਆਹ ਗੱਬੇ ਕੀ ਹੁੰਦਾ, ਪੁੱਛੂਗਾ ਫਿਰ ਇਹ ਭੁੰਜੇ ਕੀ ਹੁੰਦਾ, ਨੀਚੇ ਨੀ ਫਿਰ ਉੱਥੇ ਲਿਖਣਾ, ਜ਼ਮੀਨ ਤੇ ਨੀ ਲਿਖ ਦੇਣਾ ਵਿੱਚ। ਉਹ ਕਈ ਵਾਰੀ ਕਈ ਲਫ਼ਜ਼ ਐਸੇ ਹੁੰਦੇ ਆ ਉਹੀ ਉਸ ਚੀਜ਼ ਦਾ ਵਜ਼ਨ ਬਣਾਉਂਦੇ ਆ ਸ਼ਾਇਰੀ ਦਾ, ਅਸੀਂ ਉਹਨਾਂ ਨੂੰ ਸੌਖਾ ਨਹੀਂ ਕੀਤਾ। ਸੋ ਜਿਹੜਾ ਸਾਡਾ ਲਿਟਰੇਚਰ ਆ ਇੰਨਾ ਵਧੀਆ ਅਸੀਂ ਸ਼ਾਇਰੀ ਦਿੱਤੀ ਆ, ਇੰਨੇ ਵਧੀਆ ਅਸੀਂ ਸੇਧਾਂ ਦਿੱਤੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ ਜਾਂ ਕੰਮ ਤਾਂ ਹੋਜੂ ਫੇਰ ਬਚਪਨ ਫੇਰ ਨਹੀਂ ਆਉਣਾ, ਉਹ ਬੱਚੇ ਜਿਹੜੇ ਆ ਉਹ ਸਿੱਖ ਕੇ ਉਹੀ ਸਾਡਾ ਸੰਦੇਸ਼ ਆ, ਉਹ ਜਿਹੜੇ ਸੁਣਦੇ ਆ ਮੇਰਾ ਖਿਆਲ ਜ਼ਰੂਰ ਕਿਸੇ ਨਾ ਕਿਸੇ ਨੂੰ ਅਸੀਂ ਜ਼ਰੂਰ ਪ੍ਰਭਾਵਿਤ ਜਾਂ ਪ੍ਰੇਰਿਤ ਕੀਤਾ ਹੋਊਗਾ। ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਚੌਵੀ ਘੰਟੇ ਸੱਤੇ ਦਿਨ ਸਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ। ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ। ਕਿਸੇ ਨਾ ਕਿਸੇ ਨੂੰ ਨਹੀਂ ਜੀ, ਹਰ ਫੋਲੋਅਰ ਹੀ ਪ੍ਰਭਾਵਿਤ ਆ, ਇਹੀ ਤਾਂ ਹੁੰਦਾ ਜੇ ਫੈਨ ਆ ਤਾਂ ਫੈਨ ਤਾਂ ਹੀ ਹੈ ਜੀ ਉਹ ਜੇ ਤੁਹਾਨੂੰ ਪ੍ਰਭਾਵਿਤ ਕਰ ਰਿਹਾ, ਤਾਂ ਇਹਦਾ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਅਤੇ ਇਸ ਚੀਜ਼ ਦੇ ਜੇ ਵਧਾਈ ਦੇ ਪਾਤਰ ਹੋ। ਅਸੀਂ ਇੱਕ ਤਾਂ ਮੈਂ ਪਹਿਲਾਂ ਤੁਹਾਡੇ ਨਾਲ ਲਾਸਟ ਗੱਲ ਕਰਨ ਤੋਂ ਪਹਿਲਾਂ ਮੈਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ, ਮੈਂ ਕਾਫੀ ਚਿਰ ਤੋਂ ਵਾਹ ਵਾਸਤਾ ਮੀਡੀਆ ਦੇ ਜ਼ਰੀਏ ਜਦੋਂ ਭਾਜੀ ਹੋਰਾਂ ਨਾਲ ਪੈਂਦਾ ਤਾਂ ਮੇਰੇ ਇੱਕ ਗੱਲ ਸਦਾ ਇਹ ਦਿਮਾਗ 'ਚ ਆਉਂਦੀ ਆ, ਉਹ ਆ ਜੀ ਦਸਵੰਧ ਕੱਢਣ ਦੀ। ਸਾਡੇ 'ਚ ਇੱਕ ਦਿਨ ਗੱਲ ਹੋਈ ਦਸਵੰਧ ਦੇ ਮਾਮਲੇ 'ਚ, ਮੈਂ ਕਿਸੇ ਇੰਟਰਵਿਊ 'ਚ ਭਾਜੀ ਉਹਨਾਂ ਨੂੰ ਸਵਾਲ ਕੀਤਾ, ਤੋ ਅੱਜ ਵੀ ਮੇਰੇ ਉਹ ਅੰਦਰ ਆਈ ਗੱਲ ਅਤੇ ਮੈਂ ਚਾਹਿਆ ਸਾਂਝੀ ਕਰਾਂ। ਤਾਂ ਇਹ ਕਹਿੰਦੇ ਜੀ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਦਸਵੰਧ ਕੱਢਣ ਦੀ, ਤਾਂ ਮੇਰਾ ਜਿੰਨੀ ਕੁ ਸੋਚ ਸੀ ਮੇਰਾ ਸੋਚ ਲੱਗਿਆ ਵੀ ਚਲੋ ਜੀ ਇਹ ਲੱਖ ਰੁਪਈਆ ਦਾਨ ਕਰਦੇ ਹੋਣੇ ਆ ਦਸਵੰਧ, ਤਾਂ ਬਾਅਦ 'ਚ ਜਦੋਂ ਪਤਾ ਲੱਗਿਆ ਵਾਦੇ ਜੀ ਅਸੀਂ ਹਰ 10 ਗੀਤਾਂ ਤੋਂ ਬਾਅਦ ਇੱਕ ਗੀਤ ਸਮਾਜ ਨੂੰ ਸਮਰਪਿਤ ਕਰਦੇ ਹਾਂ, ਚਾਹੇ ਉਹ ਪਾਣੀ ਦਾ ਮਸਲਾ ਇਹਨਾਂ ਨੇ ਠਾਇਆ ਸੀ ਉਦੋਂ, ਚਾਹੇ ਧੀਆਂ ਦੇ ਮਸਲੇ ਠਾਉਣੇ ਜਾਂ ਪੜ੍ਹਾਈ ਲਿਖ ਇਹ ਜੇ ਮਸਲੇ ਕਹਿੰਦੇ ਠਾਉਣੇ ਤਾਂ ਅਸੀਂ ਦਸਵੰਧ ਕੱਢਦੇ ਹਾਂ। ਸੋ ਮੈਨੂੰ ਇਸ ਗੱਲ ਤੋਂ ਇੱਕ ਸਿੱਖਿਆ ਵੀ ਮਿਲੀ ਅਤੇ ਮੈਂ ਇਸ ਲਈ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਕਿਸੇ ਵੀ ਪ੍ਰੋਫੈਸ਼ਨ 'ਚੋਂ ਤੁਸੀਂ ਆਪਣੇ ਪ੍ਰੋਫੈਸ਼ਨ 'ਚੋਂ ਵੀ ਦਸਵੰਧ ਕੱਢ ਸਕਦੇ ਹੋ, ਪੈਸਾ ਨਹੀਂ ਦਸਵੰਧ ਹੋ ਸਕਦਾ, ਦਸਵੰਧ ਇੱਦਾਂ ਵੀ ਹੋ ਸਕਦਾ। ਸੋ ਮੈਂ ਅਖੀਰੀ ਸਵਾਲ ਜਿਹੜਾ ਤੁਹਾਨੂੰ ਇਹ ਕਰਨਾ ਚਾਹੂੰਗਾ ਵੀ ਸਾਨੂੰ ਅਸੀਂ ਆਏ ਹਾਂ ਸਿੱਖਣ ਕੁਛ, ਹਾਂਜੀ, ਅਤੇ ਅਸੀਂ ਸਿੱਖਦੇ ਤਾਂ ਰੋਜ਼ ਹੀ ਰਹਿੰਦੇ ਹਾਂ ਤੁਹਾਡੇ ਤੋਂ ਪਰਸਨਲੀ ਪੱਧਰ 'ਤੇ ਤਾਂ, ਪਰ ਫਿਰ ਵੀ ਮੈਂ ਸਰੋਤਿਆਂ ਲਈ ਆਸਟ੍ਰੇਲੀਆ ਲਈ ਇੱਕ ਕੋਈ ਮੈਸੇਜ ਤੁਹਾਡੇ ਦੋਨਾਂ ਤੋਂ ਵੱਖਰਾ ਵੱਖਰਾ ਲੈਣਾ ਚਾਹੂੰਗਾ, ਆਸਟ੍ਰੇਲੀਆ ਦੇ ਜਿਹੜੇ ਨਵਾਂ ਵੱਸ ਰਿਹਾ ਆਸਟ੍ਰੇਲੀਆ ਉਹਨਾਂ ਨੂੰ ਤੁਸੀਂ ਕੀ ਕਹੋਗੇ ਵੀ ਕਿਹੋ ਜਿਹਾ ਉਹ ਕਿਹੜੀ ਚੀਜ਼ ਦਾ ਕੇਅਰ ਰੱਖਣ ਜਿਹੜੀ ਇੱਥੇ ਤੁਸੀਂ ਦੇਖੀ ਹੋਵੇ ਵੀ ਤੁਹਾਨੂੰ ਬਾਅਦ 'ਚ ਸੁਧਰਨਾ ਪਿਆ ਹੋਵੇ, ਬਾਅਦ 'ਚ ਸੁਧਾਰਨਾ ਪਿਆ ਹੋਵੇ ਤਾਂ ਅਸੀਂ ਪਹਿਲਾਂ ਸੁਧਰ ਕੇ ਆ ਜਾਈਏ। ਹਾਂਜੀ, ਸਭ ਤੋਂ ਜਿਹੜੀਆਂ ਚੰਗੀਆਂ ਗੱਲਾਂ ਆ ਉਹ ਤਾਂ ਮੈਂ ਸ਼ੁਰੂ 'ਚ ਵੀ ਤੁਹਾਨੂੰ ਦੱਸਿਆ ਕਿ ਸਭ ਤੋਂ ਵੱਡੀ ਗੱਲ ਜਿਹੜੀ ਆ ਕਿਸੇ ਸੋਸਾਇਟੀ ਦੇ ਨਾ ਅਸੀਂ ਉਪਰੀ ਨਜ਼ਰ ਨਾਲ ਉਹਦੀ ਤਰੱਕੀ ਮਾਪਦੇ ਹਾਂ ਅਤੇ ਉਹਦੀ ਜਿਹੜੀ ਫਾਈਨੈਂਸ਼ੀਅਲ ਸਥਿਤੀ ਆ ਉਹ ਤੋਂ ਹੀ ਨਾਪਦੇ ਹਾਂ, ਇਹ ਹੋ ਹੀ ਗਿਆ ਸਮਾਜ ਵਿੱਚ। ਸੋ ਉਹਦੇ ਵਿੱਚ ਬਿਨਾਂ ਸ਼ੱਕ ਜਿਹੜਾ ਨੌਰਥ ਅਮਰੀਕਾ ਹੈ ਇੱਥੋਂ ਦੇ ਪੰਜਾਬੀਆਂ ਨੇ ਕਹਿਰ ਕੀਤਾ, ਇੰਨਾ ਜ਼ਿਆਦਾ ਟਰੱਕਿੰਗ ਬਿਜ਼ਨਸ ਵਿੱਚ, ਕੰਸਟਰਕਸ਼ਨ ਬਿਜ਼ਨਸ, ਹੋਰ ਜਾਣੀ ਕਿ ਡੇਢ ਚੀਜ਼ ਦਾ ਵੀ ਨਾਲ ਹੋ ਜਾਂਦਾ, ਕਮਲ ਨੇ ਡਾਕਟਰ ਦੀ ਗੱਲ ਕੀਤੀ ਆ, ਕਿਸੇ ਵੀ ਪਾਸੇ ਉਹਨਾਂ ਨੇ ਸਿਖਰਾਂ 'ਤੇ ਗੱਲਾਂ ਲਾ ਦਿੱਤੀਆਂ, ਸਾਨੂੰ ਮਾਣ ਆ ਉਹਨਾਂ ਸਾਰਿਆਂ 'ਤੇ ਕਿ ਉਹਨਾਂ ਨੇ ਇੰਨੀ ਵੱਡੀ ਤਰੱਕੀ ਕਰਕੇ ਇੰਨਾ ਪੈਸਾ ਵੀ ਕਮਾਇਆ, ਬਿਜ਼ਨਸ ਦੇ ਤੌਰ 'ਤੇ ਇਸਟੈਬਲਿਸ਼ ਵੀ ਹੋਏ ਆ, ਪੰਜਾਬ ਦਾ ਵੀ ਖਿਆਲ ਰੱਖਿਆ ਪਿੱਛੇ ਆਪਣੇ, ਖਾਸ ਤੌਰ 'ਤੇ ਸਾਡਾ ਦੁਆਬਾ ਜਿਹੜਾ ਆ
ਉਹ ਬਾਹਰਲੇ ਪੈਸੇ ਨਾਲ ਉੱਥੇ ਖੁੱਲ੍ਹ ਖੇਡ ਹੋਈ ਆ। ਪਹਿਲਾਂ ਇੰਗਲੈਂਡ ਸਾਡੇ ਬਜ਼ੁਰਗ ਆਏ ਸੀਗੇ, ਉਹ ਤੋਂ ਬਾਅਦ ਕੈਨੇਡਾ, ਅਮਰੀਕਾ, ਚਿਰ ਤੋਂ ਮਾਲਵੇ ਤੋਂ ਤਾਂ ਬਾਅਦ 'ਚ ਮਾਝੇ ਤੋਂ ਲੋਕ ਆਉਣ ਲੱਗੇ ਆ। ਪਹਿਲਾਂ ਦੁਆਬਾ ਹੀ ਸਾਡਾ ਆਇਆ ਕਿਉਂਕਿ ਜ਼ਮੀਨਾਂ ਸਾਡੇ ਬਹੁਤ ਘੱਟ ਸੀ। ਸੋ ਇੱਥੇ ਦੇ ਪੈਸੇ ਨਾਲ ਉੱਥੇ ਵੀ ਲਹਿਰਾਂ ਵਹਿਰਾਂ ਹੋਈਆਂ। ਸੋ ਉਹਦੇ ਲਈ ਇਹ ਬਹੁਤ ਜ਼ਿਆਦਾ ਵਧਾਈ ਦੇ ਹੱਕਦਾਰ ਆ। ਪਰ ਪਿਛਲੇ ਸਮੇਂ ਦੇ ਵਿੱਚ ਜਿਹੜੀ ਚੀਜ਼ ਠੀਕ, ਤਾਂ ਮੇਰਾ ਖਿਆਲ ਕਹਿਣ ਨਾਲ ਤਾਂ ਕਿੱਥੇ ਕੋਈ ਠੀਕ ਹੁੰਦਾ ਆ, ਪਰ ਜਿਹੜੀ ਤੰਗ ਕਰਦੀ ਆ ਉਹ ਹੈਗੀ ਆ ਜਿਹੜੇ ਵਖਰੇਵੇਂ ਆ ਸਾਡੇ ਆਪਸ ਵਿੱਚ, ਉਹ ਇੱਥੇ ਬਹੁਤ ਵੱਡੇ ਲੈਵਲ ਤੱਕ ਕਈ ਵਾਰੀ ਵੱਧ ਚੁੱਕੇ ਆ। ਉਹ ਧਾਰਮਿਕ ਤੌਰ 'ਤੇ ਵੀ ਇੱਥੇ ਬਹੁਤ ਸਾਡੇ ਸਰੀ ਦੇ ਵਿੱਚ ਇੱਕ ਵਾਰੀ ਵਖਰੇਵਾਂ ਬਹੁਤ ਉੱਪਰ ਤੱਕ ਚੱਲ ਗਿਆ ਸੀਗਾ। ਮਸਲਾ ਕੁਛ ਵੀ ਨਹੀਂ ਸੀ ਕਿ ਲੰਗਰ ਤੁਸੀਂ ਕੁਰਸੀਆਂ 'ਤੇ ਬੈਠ ਕੇ ਛਕਣਾ ਕਿ ਥੱਲੇ, ਇੰਨੇ ਮਸਲੇ ਦੇ ਵਿੱਚ ਹੀ ਸਾਡੀ ਸਾਰੀ ਕਮਿਊਨਿਟੀ ਦੋ ਹਿੱਸਿਆਂ 'ਚ ਵੰਡੀ ਗਈ ਸੀ। ਉਹ ਚੀਜ਼ ਹੁਣ ਹੌਲੀ ਹੌਲੀ ਥੋੜ੍ਹੀ ਜਿਹੀ ਠੀਕ ਹੋਈ ਆ। ਅਤੇ ਉਹ ਤੋਂ ਬਾਅਦ ਜਿਹੜੇ ਬਸ ਇਹੀ ਵਖਰੇਵਾਂ ਜਿਹੜਾ ਆ ਉਹ ਸਾਨੂੰ ਬਹੁਤ ਚੀਜ਼ਾਂ 'ਚ ਅੱਗੇ ਵਧਣ ਤੋਂ ਰੋਕਦਾ ਆ। ਜੇ ਕੋਈ ਕਬੱਡੀ ਟੂਰਨਾਮੈਂਟ ਹੁੰਦਾ ਆ, ਕਿਸੇ ਨੇ ਵਧੀਆ ਕਰਾ ਦਿੱਤਾ, ਉਹ ਤਾਂ ਉਹ ਕਹਿ ਦਿੰਦੇ ਅਗਲੇ ਸਾਲ ਇਸੇ ਦਿਨ ਹੋਊਗਾ, ਇਹ ਤੋਂ ਵੱਡਾ ਹੋਊਗਾ। ਅਤੇ ਇਸੇ ਤਰ੍ਹਾਂ ਸਾਡੀ ਲਾਈਨ ਵਿੱਚ ਵੀ ਸ਼ੋਅ ਜਿਹੜਾ ਹੈਗਾ ਆ, ਜੇ ਕਿਸੇ ਦਾ ਕਾਮਯਾਬ ਹੋ ਜਾਂਦਾ ਤਾਂ ਦੂਜਾ ਗਰੁੱਪ ਕਹਿ ਦਿੰਦਾ ਕਿ ਇਸੇ ਦਿਨ ਫ੍ਰੀ ਮੇਲਾ ਰੱਖਿਆ ਜਾਊਗਾ। ਸੋ ਇਹ ਮੈਂ ਤਾਂ ਆਪਣਾ ਵੈਸੇ ਗੱਲ ਕਰ ਦਿੱਤੀ, ਪਰ ਇਹ ਹੋਰ ਹਰੇਕ ਲੈਵਲ 'ਤੇ ਇਹ ਜਿਹੜਾ ਨਾ ਅੱਗੇ ਚੌਧਰਪਣਾ ਜਿਹਨੂੰ ਮੈਂ ਕਹਿ ਸਕਦਾ ਹਾਂ, ਉਹਨੂੰ ਥੋੜ੍ਹਾ ਜਿਹਾ ਪਾਸੇ ਰੱਖ ਕੇ ਜੇ ਇੱਕ ਪੰਜਾਬੀਅਤ ਦੇ ਤੌਰ 'ਤੇ ਇਕੱਠੇ ਹੋ ਕੇ ਹੰਬਲਾ ਮਾਰਨ ਤਾਂ ਬਹੁਤ ਕੁਛ ਜ਼ਿਆਦਾ ਹੋ ਸਕਦਾ, ਪੰਜਾਬ ਵਿੱਚ ਵੀ ਇੱਥੇ ਵੀ। ਮੈਨੂੰ ਇਹ ਚੀਜ਼ ਤੰਗ ਕਰਦੀ ਆ ਕਿ ਅਸੀਂ ਨਾ ਲੱਤਾਂ ਖਿੱਚਣ 'ਤੇ ਜ਼ਿਆਦਾ ਵਿਸ਼ਵਾਸ ਸਾਡੀ ਕੌਮ ਰੱਖਦੀ ਆ ਅਤੇ ਇੱਕ ਦੂਜੇ ਦੀ ਸਹਾਇਤਾ ਵਾਲੇ ਬਹੁਤ ਘੱਟ ਵਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਆਪਸ ਵਿੱਚ ਹੀ ਪਿਆਰ ਰੱਖੋ। ਮੈਂ ਵੀ ਉਹਨਾਂ ਦੇ ਵਿੱਚ ਹੀ ਹਾਂ, ਮੈਂ ਆਪਣੀ ਸਾਰੀ ਕੌਮ ਵੱਲੋਂ ਗੱਲ ਕਰਦਾ, ਅਸੀਂ ਆਪਸ ਵਿੱਚ ਹੀ ਪਿਆਰ ਰੱਖੀਏ। ਇਹ ਚੀਜ਼ ਇੱਥੇ ਨੌਰਥ ਅਮਰੀਕਾ 'ਚ ਤੁਹਾਨੂੰ ਬਹੁਤ ਹਰੇਕ ਸ਼ਹਿਰ ਵਿੱਚ ਦੇਖਣ ਨੂੰ ਮਿਲੂਗੀ ਕਿ ਜਿਹੜੇ ਆਪਸ ਵਿੱਚ ਹੀ ਵਖਰੇਵੇਂ ਆ ਉਹ ਪਿੱਛਾ ਖਿੱਚਦੇ ਆ। ਜੀ ਦੇਖੋ ਦੋਸਤੋ, ਮੈਂ ਰੋਜ਼ ਕਹਿਣਾ ਉਹਨਾਂ ਨੇ ਇੱਕੇ 'ਚ ਬਰਕਤ ਆ, ਉਹੀ ਬਾਈ ਨੇ ਮੈਸੇਜ ਦਿੱਤਾ ਆਪਾਂ ਨੂੰ। ਕਮਲ ਭਾਜੀ ਤੁਸੀਂ ਬਿਲਕੁਲ, ਵੀਰ ਜੀ ਨੇ ਮੇਰਾ ਖਿਆਲ ਸਾਰਾ ਕੁਛ ਕਹਿ ਦਿੱਤਾ, ਕੁਛ ਕਹਿਣ ਵਾਲੀ ਗੱਲ ਰਹਿ ਨਹੀਂ ਗਈ। ਬਸ ਮੇਰੇ ਵੱਲੋਂ ਵੀ ਇਹੀ ਆ ਕਿ ਜਿਹੜਾ ਆਪਾਂ ਇੱਥੇ ਆਏ ਹਾਂ, ਸਾਰੇ ਵੀਰ ਸਾਡੇ ਨਾਲ ਤੁਹਾਡੇ ਆਏ ਆ, ਅਸੀਂ ਰੋਜ਼ੀ ਰੋਟੀ ਦੀ ਭਾਲ 'ਚ ਜਾਣੀ ਕਿ ਉਹਨੂੰ ਵਧੀਆ ਕਰਨ ਆਏ ਹਾਂ। ਰੋਟੀ ਤਾਂ ਸਾਨੂੰ ਵੈਸੇ ਪਹਿਲਾਂ ਉੱਥੇ ਵੀ ਮਿਲਦੀ ਸੀ, ਉਹਨੂੰ ਵਧੀਆ ਕਰਨ ਆਏ ਹਾਂ ਕਿ ਸਾਡਾ ਜਿਹੜੀ ਸਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਉਹ ਇਹ ਤੋਂ ਵਧੀਆ ਹੋ ਜਾਵੇ, ਪਰ ਇੱਥੇ ਦਾ ਰਹਿਣ ਸਹਿਣ ਵੀ, ਇੱਥੇ ਦਾ ਲਾਈਫ ਸਟੈਂਡਰਡ, ਇੱਥੇ ਦੀ ਹਵਾ, ਹਰ ਇੱਕ ਚੀਜ਼ ਵਧੀਆ ਹੈ। ਪਰ ਕਈ ਵਾਰੀ ਜਦੋਂ ਉਹ ਪੂਰਤੀਆਂ ਹੋ ਜਾਂਦੀਆਂ ਫਿਰ ਉਹ ਤੋਂ ਬਾਅਦ ਲਗਜ਼ਰੀ ਸ਼ੁਰੂ ਹੋ ਜਾਂਦੀ ਆ, ਆਪਣੇ ਹੱਕਾਂ ਦੀ ਗੱਲ ਸ਼ੁਰੂ ਹੋ ਜਾਂਦੀ ਆ, ਉਹ ਵੀ ਜਾਇਜ਼ ਆ। ਪਰ ਕਈ ਵਾਰੀ ਬੰਦਾ ਜਦੋਂ ਇਹ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਫਿਰ ਬੰਦਾ ਸੋਚਦਾ ਮੇਰੀ ਹੁਣ ਗਰੀਬੀ ਦੂਰ ਹੋ ਗਈ। ਪਰ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਹੀ ਆ ਕਿ ਪਿਆਰ ਆਪਸ 'ਚ ਰੱਖੋ, ਪਿਆਰ ਗਰੀਬੀ ਇਕੱਲੀ ਪੈਸੇ ਦੀ ਨਹੀਂ ਹੈ, ਪਿਆਰ ਦੀ ਵੀ ਗਰੀਬੀ ਆ। ਜੇ ਉੱਧਰੋਂ ਪੈਸੇ ਦੀ ਗਰੀਬੀ ਦੂਰ ਹੋ ਗਈ, ਪਿਆਰ ਦੀ ਗਰੀਬੀ ਆ, ਘਰ 'ਚ ਜੁੱਤ ਖੜਕੀ ਜਾਂਦਾ ਹੈ ਨਾ, ਅਤੇ ਉਹ ਚੀਜ਼ਾਂ ਵੀ ਬਹੁਤ ਜ਼ਰੂਰੀ ਆ। ਜੇ ਪਿਆਰ ਦੀ ਪੂਰੀ ਹੈਗੀ ਗਰੀਬੀ ਤਾਂ ਵਾਹਿਗੁਰੂ ਕਈ ਵਾਰੀ ਸਿਹਤ ਦੀ ਗਰੀਬੀ ਪਾ ਦਿੰਦਾ ਹੈ, ਜਾਂ ਹੋਰ ਤੁਸੀਂ ਆਪੇ ਹੀ ਇਸ ਚੀਜ਼ ਨੂੰ ਦੇਖ ਸਕਦੇ ਆ ਕਿ ਮੇਰੇ ਵਿੱਚ ਕਿੱਧਰਲੇ ਪਾਸਿਓਂ ਕਮੀ ਆ। ਸਿਹਤ ਲਈ ਤੁਸੀਂ ਜਿਮ ਜਾਓ, ਆਪਣੀਆਂ ਖੁਰਾਕਾਂ ਨੂੰ ਸਹੀ ਰੱਖੋ, ਇੱਥੇ ਖਾਣਾ ਪੀਣਾ ਤਾਂ ਖੁੱਲ੍ਹਾ ਆ, ਦੁੱਧ ਡੋਲਣਾ ਹੀ ਪੈਂਦਾ, ਮੁੱਕਦਾ ਤਾਂ ਕਦੇ ਨਹੀਂ ਫਰਿੱਜ 'ਚੋਂ। ਸੋ ਆਪਣੀਆਂ ਐਕਸਰਸਾਈਜ਼ਾਂ ਕਰੋ, ਪਿਆਰ ਵੰਡੋ, ਪਿਆਰ ਆਪਸ 'ਚ ਵੀ ਪਰਿਵਾਰ 'ਚ ਪਿਆਰ ਰੱਖੋ ਨਾ, ਜਿਸ ਤਰ੍ਹਾਂ ਮੇਰੇ ਭਰਾਵਾਂ ਨੇ ਸੂਰਜ ਦੇ ਧਰਤੀ ਦੇ ਚੰਦ ਦਾ ਸੂਰਜ ਦੇ ਜਿੰਨੇ ਅਹਿਸਾਨ ਆ ਮੇਰੇ ਭਰਾਵਾਂ ਦੇ ਮੇਰੇ 'ਤੇ। ਸੋ ਆਪਸ 'ਚ ਪਿਆਰ ਵੀ ਰੱਖੋ, ਆਪਣੇ ਆਪ ਨੂੰ ਫਾਈਨੈਂਸ਼ੀਅਲੀ ਵੀ ਸਟਰੋਂਗ ਕਰੋ, ਤਾਂ ਕਿ ਜਿਹੜੀ ਇੰਗਲਿਸ਼ ਦੇ ਵਿੱਚ ਕਹਿੰਦੇ ਹੁੰਦੇ ਆ ਜਿੱਦਾਂ ਦਾ ਤੁਸੀਂ ਦੁਨੀਆਂ ਨੂੰ ਵੇਖਣਾ ਚਾਹੁੰਦੇ ਉੱਦਾਂ ਦੇ ਆਪ ਹੋ ਜਾਓ। ਸੋ ਸਾਰੇ ਜਾਣੇ ਅਸੀਂ ਜਿਹੜਾ ਸਾਡਾ ਇੱਕ ਡ੍ਰੀਮ ਵਰਲਡ, ਅਸੀਂ ਜਿਹੜੀ ਜਿੱਦਾਂ ਦੀ ਦੁਨੀਆਂ ਨੂੰ ਦੇਖਣਾ ਚਾਹੁੰਦੇ ਹਾਂ, ਅਤੇ ਉੱਦਾਂ ਦੇ ਅਸੀਂ ਆਪ ਹੋ ਜਾਈਏ ਅਤੇ ਆਪਣੀ ਕਮਿਊਨਿਟੀ ਨੂੰ ਹੋਰ ਲੱਗੇ ਅੱਗੇ ਲੈ ਕੇ ਜਾਈਏ, ਅਤੇ ਸਾਡੀਆਂ ਗੱਲਾਂ ਕਰਨ ਬਾਕੀ ਕਮਿਊਨਿਟੀਆਂ ਵੀ ਉਹਨਾਂ ਵਰਗੇ ਹੋਈਏ। ਕਮਲ ਨੇ ਕਿਹਾ ਜੀ ਖਾਧੀਆਂ ਖੁਰਾਕਾਂ, ਉਹਦੇ ਵਿੱਚੋਂ ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਨਸ਼ਾ ਆ ਇਸ ਵੇਲੇ ਬਹੁਤ ਵੱਡਾ ਉਹ ਵਿਸ਼ਾ ਬਣਿਆ ਹੋਇਆ ਪੰਜਾਬ ਦਾ, ਅਤੇ ਸਾਡੀ ਕਮਿਊਨਿਟੀ ਵੀ ਇੱਥੇ ਉਸ ਦੂਜੀ ਮਾੜੀ ਗੱਲ ਨਾਲ ਬਹੁਤ ਚਿਰ ਤੋਂ ਜੂਝ ਰਹੀ ਹੈ। ਅਤੇ ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਪੂਰੇ ਪੰਜਾਬ 'ਚ ਮੇਰਾ ਖਿਆਲ ਨਸ਼ੇ ਕਰਕੇ ਇੰਨੀਆਂ ਮੌਤਾਂ ਗੈਂਗਸਟਰਾਂ ਦੀਆਂ ਹੋਈਆਂ ਨਹੀਂ ਹੋਣੀਆਂ ਜਿੰਨੀਆਂ ਸਾਡੇ ਸਰੀ ਦੇ ਵਿੱਚ ਇੱਕ ਦੂਜੇ ਦੇ ਗੋਲੀਆਂ ਮਾਰ ਕੇ, ਜਿਹਦੇ ਵਿੱਚ ਸਾਡੇ ਬਹੁਤ ਆਪਣੇ ਪਿਆਰੇ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰੀ ਦੇ ਮੁੰਡੇ ਜਿੱਦਾਂ ਗੁਆਚੇ ਆ। ਇਹ ਬਹੁਤ ਦੁੱਖ ਵਾਲੀ ਗੱਲ ਆ ਕਿ ਜਿਹੜੇ ਸਾਡੇ ਨੌਜਵਾਨ ਆ ਉਹ ਨਸ਼ੇ ਵਾਲੇ ਪਾਸੇ, ਜਿੱਥੇ ਤਾਂ ਨਸ਼ਾ ਕਰਦੇ ਆ ਉਹਦੇ ਨਾਲ ਵੇਚਣ ਵਾਲੇ ਪਾਸੇ ਵੀ, ਫਿਰ ਛੋਟੀ ਛੋਟੀ ਗੱਲ ਤੋਂ ਉਹੀ ਗੱਲ ਫਿਰ ਚੌਧਰਪੁਣੇ ਵਾਲੀ ਆ ਗਈ ਹੈ ਨਾ, ਐਵੇਂ ਛੋਟੀ ਛੋਟੀ ਗੱਲ ਤੋਂ ਲੜ ਕੇ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਆ। ਇੱਥੇ ਅੱਗੇ ਵਧਣ ਲਈ ਬਹੁਤ ਮੌਕੇ ਜ਼ਿਆਦਾ, ਬਿਲਕੁਲ। ਇੱਥੇ ਜੇ ਤੁਹਾਡੇ ਕੋਲ ਡਿਗਰੀ ਆ ਤੁਹਾਨੂੰ ਉਹਦੇ ਹਿਸਾਬ ਨਾਲ ਵੀ ਕੰਮ ਮਿਲਦਾ, ਜੇ ਤੁਸੀਂ ਬਿਜ਼ਨਸ ਵਿੱਚ ਵੀ ਵਧਣਾ ਚਾਹੁੰਦੇ ਆ, ਤੁਸੀਂ ਅੱਜ ਆਪਣੀ ਕੰਪਨੀ ਖੋਲ੍ਹੋ ਕੋਈ ਵੀ ਤੁਹਾਨੂੰ ਕੱਲ੍ਹ ਨੂੰ ਕੰਮ ਮਿਲਦਾ ਆ।
ਇੱਥੇ ਵਧਣ ਦੇ ਅੱਗੇ ਮੌਕੇ ਬਹੁਤ ਜ਼ਿਆਦਾ ਹੈ। ਸੋ ਮੇਰੀ ਹੱਥ ਜੋੜ ਕੇ ਇਹ ਬੇਨਤੀ ਆ ਨੌਜਵਾਨ ਪੀੜ੍ਹੀ ਨੂੰ, ਅਸੀਂ ਆਪਣੇ ਗੀਤਾਂ ਰਾਹੀਂ ਵੀ ਇਹੀ ਦੱਸਦੇ ਹਾਂ ਅਤੇ ਇਹ ਵੀ ਅਸੀਂ ਜਿਹੜੀ ਸਾਡੀ ਇੱਥੇ ਦੀ ਕਮਿਊਨਿਟੀ ਆ, ਮੈਂ ਵੀ ਜਿਹਨਾਂ ਦੇ ਵਿੱਚ ਹਾਂ, ਅਸੀਂ ਇਹ ਬਹੁਤ ਇਸ ਗੱਲ ਨਾਲ ਜੂਝ ਰਹੇ ਹਾਂ ਕਿ ਇਸ ਕਰੀਤੀ 'ਚੋਂ ਵੀ ਸਾਡੀ ਕੌਮ ਬਾਹਰ ਨਿਕਲੇ। ਸਾਡੇ 'ਤੇ ਇੱਕ ਬਹੁਤ ਇਹ ਠੱਪਾ ਲੱਗਦਾ ਜਦੋਂ ਵੀ ਕਿਤੇ ਗੋਲੀ ਚੱਲਦੀ ਆ, ਸਾਰੇ ਤੋਂ ਪਹਿਲਾਂ ਇਹੀ ਰੌਲਾ ਪੈਂਦਾ ਕਿ ਮੁੰਡਾ ਪੰਜਾਬੀ ਹੋਣਾ ਜੀ। ਇਹ ਬਹੁਤ ਮਾੜੀ ਗੱਲ ਆ ਸਾਡੇ ਲਈ ਅਤੇ ਬਸ ਉਹੀ ਗੱਲ ਕਮਲ ਵਾਲੀ, ਪਿਆਰ ਹੀ ਆ, ਬਸ ਪਿਆਰ ਨਾਲ ਸਭ ਕੁਛ ਸੈੱਟ ਹੋ ਜਾਣਾ ਅਤੇ ਇੱਕ ਦੂਜੇ ਨਾਲ ਵਖਰੇਵੇਂ ਮਿਟਾ ਕੇ ਅਤੇ ਸੱਚੇ ਦਿਲੋਂ ਸੱਚੇ ਰਾਹ 'ਤੇ ਤੁਰੋ, ਤਰੱਕੀਆਂ ਦਾ ਤੁਹਾਡਾ ਆਪੇ ਰਾਹ ਚੁੰਮਣ ਲਈ ਬੈਠੇ ਹਾਂ। ਅਤੇ ਹੁਣ ਤੁਸੀਂ ਇਹ ਕਿਵੇਂ ਸੋਚ ਲਿਆ ਵੀ ਤੁਹਾਨੂੰ ਬਿਨਾਂ ਸੁਣੇ ਅਸੀਂ ਜਾਣਦੇ ਰਹਿ ਗਏ? ਤੁਸੀਂ ਸੁਣਨਾ ਚਾਹਾਂਗੇ ਨਾ ਹੀ ਗੀਤ ਸੁਣਾ ਦਿੰਦੇ ਆ ਜੀ, ਜਿਹੜਾ ਜਿਹੜਾ ਆਪਾਂ ਮੈਸੇਜ ਦਿੰਦੇ ਹਾਂ ਜੀ ਜੀ। ਆਪਣੇ ਸਰੀਰ ਬਾਜੋ ਹਾਣੀਓ ਕਿਸੇ ਨੇ ਨਾ ਲੱਗੀਆਂ ਨਿਭਾਉਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਬਿਨਾਂ ਗਿਣੇ ਨਸ਼ੇ ਦੀਆਂ ਗੋਲੀਆਂ ਜੋ ਖਾਂਦੇ ਨੇ ਉਹ ਮੁੰਡੇ ਆਪਣੀ ਜਵਾਨੀ ਸਾੜੀ ਜਾਂਦੇ ਨੇ, ਟੀਕਿਆਂ ਤੇ ਸੂਟਿਆਂ ਨੇ ਚੂਸ ਲਏ ਲਾਲੀਆਂ ਚਿਹਰੇ ਤੇ ਕਿੱਥੋਂ ਛਾਉਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਵਾਹ ਜੀ ਵਾਹ, ਕਿਆ ਬਹੁਤ ਮਿਹਰਬਾਨੀ ਜੀ, ਤੁਸੀਂ ਇੰਨਾ ਟਾਈਮ ਕੱਢਿਆ ਸਾਡੇ ਲਈ ਤੇ ਸਾਡਾ ਦੌਰਾ ਸਫਲ ਹੋ ਗਿਆ। ਸਾਡਾ ਬਹੁਤ ਬਹੁਤ ਵਧੀਆ, ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਤੁਸੀਂ ਆਏ, ਨਾਲੇ ਚੱਲ ਕੇ ਫਿਰ ਸਾਡੇ ਸਾਨੂੰ ਦਰਸ਼ਨ ਵੀ ਤੁਹਾਡੇ ਹੋ ਗਏ ਅੱਜ ਅਤੇ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਬੁੱਕ ਕੈਂਗਰੂ ਨਾਮਾ ਅਸੀਂ ਬਹੁਤ ਬਹੁਤ ਰੀਝ ਨਾਲ ਪੜ੍ਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੀਆਂ ਕਿਤਾਬਾਂ ਲਈ ਸ਼ੁਭਕਾਮਨਾਵਾਂ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ।